ਮੇਰੇ ਸਤਿਕਾਰਯੋਗ ਧੰਨ ਧੰਨ ਬਾਬਾ ਕੇਰ ਸਿੰਘ ਜੀ ਨਾਨਕਸਰ ਵਾਲੇ ਪੜਿਆ ਕਰਦੇ ਸੀ, ਕਲ ਯੁਗ ਹੈ ਸੁਪੇਰੇ ਪੈਂਦੇ ਆਣ ਆਣ ਘੇਰੇ, ਹੋਣ ਦਿੰਦੇ ਨਹੀਂ ਨੇੜੇ ਇਹਨਾਂ ਬੰਧਨਾਂ ਨੂੰ ਤੋੜ, ਮੇਰਾ ਵਾਲੇ ਸਾਈਆਂ ਚਰਨਾਂ ਨਾਲ ਜੋੜ। ਇਹ ਜਦੋਂ ਇਬਾਦਤ ਕਰਾਂਗੇ ਨਾ, ਇਬਾਦਤ ਹੀ ਸ਼ਹਾਦਤ ਹੈ। ਨਿਤਨੇਮ ਕਰਨਾ ਕਈ ਵਾਰ ਗੁੱਟ ਕਰ ਰਹਿ ਜਾਂਦਾ, ਆਪਣੇ ਬਾਣੀ ਕੰਠ ਨਹੀਂ ਹੈ। ਮੈਂ ਤੁਹਾਨੂੰ ਇੱਕ ਜੁਗਤੀ ਦੱਸਦਾ, ਲਾਈਵ ਚੱਲਦਾ। ਆਪਣੇ ਹੱਥਾਂ 'ਚ ਹੀ ਸੁਖਮਨੀ ਸਾਹਿਬ ਆ, ਹੱਥਾਂ 'ਚ ਹੀ ਜਪਜੀ ਸਾਹਿਬ ਆ। ਕਿਵੇਂ 24 ਅਸ਼ਟਪਦੀਆਂ ਨੇ, ਇੱਕ ਤੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਔਨਿਤ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਪਦ। 8 ਅਸ਼ਟਪਦੀਆਂ, 3 ਆਪਣੀਆਂ ਆ, 1 2 3 4, 1 2 3 4, 8 ਅਸ਼ਟਪਦੀਆਂ ਹੋ ਗਈਆਂ ਜੀ। ਉਹ ਤੋਂ ਬਾਅਦ ਸਲੋਕ ਆ ਗਿਆ, 8 ਅਸ਼ਟਪਦੀਆਂ ਇਹ ਜਾਂ ਹੋ ਗਈਆਂ, ਅੰਗੂਠੇ ਨੂੰ ਸੇੜਨਾ ਨਹੀਂ। ਫਿਰ 1 2 3 4, ਇਹਨਾਂ ਦਾ ਰਿੱਟਾ ਲਾ ਲਓ ਵੀ ਇੱਥੇ ਆ ਆਉਂਦੀਆਂ ਬਾਣੀ ਕੰਠ। ਜਪਜੀ ਸਾਹਿਬ ਵੀ ਹੱਥਾਂ 'ਚ ਹੈ, ਪਹਿਲੀ ਦੂਜੀ ਤੀਜੀ ਪੌੜੀ ਇੱਥੇ ਆ ਜਾਂਦੀ ਹੈ, ਚੌਥੀ ਪੰਜਵੀਂ ਛੇਵੀਂ ਸੱਤਵੀਂ ਇੱਥੇ ਆ ਜਾਂਦੀ ਹੈ, ਸੁਣਨ ਜਿਹੜੀਆਂ ਸੁਣਨ ਦੀਆਂ ਪੌੜੀਆਂ ਨੇ ਇੱਥੇ ਆ ਜਾਂਦੀਆਂ ਨੇ, ਸੁਣੀਏ ਮੰਨਣ ਦੀਆਂ ਪੌੜੀਆਂ ਇਹਨਾਂ ਚਾਰਾਂ 'ਤੇ ਆ ਜਾਂਦੀਆਂ ਨੇ, ਪੰਜ ਪ੍ਰਵਾਨ ਵਾਲੀਆਂ 4 ਪੌੜੀਆਂ ਇੱਥੇ ਆ ਜਾਂਦੇ ਨੇ। 19 ਪੌੜੀਆਂ ਹੋ ਗਈਆਂ ਜੀ, 38 ਪੌੜੀਆਂ ਦਾ ਜਪਜੀ ਸਾਹਿਬ ਆ। ਫਿਰ 4 ਪੌੜੀ ਇੱਧਰ ਆ ਜਾਂਦੀਆਂ ਨੇ, ਫਿਰ 4 ਇੱਧਰ ਆ ਜਾਂਦੀਆਂ ਨੇ, ਫਿਰ ਜਿਹੜੀਆਂ, ਕਿਉਂਕਿ ਰੁਕਾਵਟ ਕਿੱਥੇ ਪੈਂਦੀ ਆ, ਜਿਹੜੀਆਂ 4 ਪੌੜੀਆਂ ਇੱਕੋ ਜਿਹੀਆਂ ਨੇ, ਜਿਵੇਂ ਮੁੰਦਾ ਸੰਤੋਖ ਸਰਬਤ ਝੋਲੀ ਆਦੇਸ਼ ਦੱਸਦੇ, ਆਦੇਸ਼ ਵਾਲੀਆਂ 4 ਪੌੜੀਆਂ ਨੇ ਨਾ, ਉੱਥੇ ਭੁਲੇਖਾ ਪੈਂਦਾ ਨਾ, ਉਹ ਇੱਥੇ ਕਰ ਲਓ ਸੈੱਟ। ਮੁੰਦਾ ਸੰਤੋਖ ਸਰਬਤ ਝੋਲੀ ਧਿਆਨ ਹੀ ਕਰੇ ਵਿਭੂਤ, ਉਹ ਤੋਂ ਬਾਅਦ ਭਗਤ ਗਿਆਨ ਦਇਆ ਭੰਡਾਰਨ ਏਕਾ ਮਾਈ ਆਸਣ ਲੋਏ ਲੋਏ ਭੰਡਾਰ, ਫਿਰ ਸਰ ਆ ਗਿਆ ਇੱਥੇ 3 ਅਸ਼ਟਪਦੀਆਂ, ਉਹ 3 ਪੌੜੀਆਂ ਆ ਗਈਆਂ। 19 ਰੁਣਾ 38 ਪੌੜੀਆਂ ਨੇ ਜਪਜੀ ਸਾਹਿਬ ਦੀਆਂ, 38 ਦੇ ਆਪਾਂ ਇੱਥੇ ਰੱਟਾ ਲਾ ਲਓ, ਗੁਟਕਾ ਬਾਣੀ ਕੰਠ ਹੋ ਜਾਂਦੀ। ਪਰ ਲੋੜ ਹੈ ਨਿਤਨੇਮ ਨੂੰ ਵਧਾਉਣ ਦੀ। ਅੱਜ ਜਿੰਨਾ ਪ੍ਰਚਾਰਕਾਂ ਦਾ ਜ਼ੋਰ ਲੱਗਿਆ ਹੋਇਆ, ਇਹੀ ਲੱਗਿਆ ਹੋਇਆ ਵੀ ਇਹ ਤੋਤਾ ਰਟਣਾ, ਇਹ ਨਹੀਂ ਪੜ੍ਹਨਾ ਚਾਹੀਦਾ, ਨਹੀਂ ਗੁਰਮੁਖੋ, ਜਿਨ੍ਹਾਂ ਜਿਨ੍ਹਾਂ ਨੇ ਜਪਿਆ ਨਾ, ਉਹਨਾਂ ਦੀ ਆਪਾਂ ਗੱਲ ਕਰਦੇ।